ਪੰਜਾਬ ਦੇ ਵਿੱਚ ਹੋਇਆ ਬਹੁ ਕਰੋੜੀ ਜਿਹੜਾ ਟੈਂਡਰ ਘਟਾਲਾ ਸੀ ਜਿਹੜਾ ਕੀ ਫੂਡ ਤੇ ਸਪਲਾਈ ਮਹਿਕਮੇ ਦਾ ਸੀ ਜਿਸ ਦੇ ਕੋਲ ਮੰਤਰੀਸ਼ਪ ਦੀ ਜ਼ਿੰਮੇਵਾਰੀ ਸਾਬਕਾ ਕਾਂਗਰਸੀ ਮੰਤਰੀ ਭਾਰਤ ਪੋਸ਼ਣ ਆਸ਼ੂ ਦੇ ਕੋਲ ਸੀ ਹਾਲਾਂਕਿ ਇਸ ਮਸਲੇ ਦੇ ਵਿੱਚ ਉਹਨਾਂ ਨੂੰ ਵੀ ਜੇਲ੍ਹ ਜਾਣਾ ਪਿਆ ਪਰ ਇੱਕ ਹੋਰ ਠੇਕੇਦਾਰ ਤੋਂ ਇਲਾਵਾ ਜਿਹੜਾ ਇਸ ਕੇਸ ਦੇ ਵਿੱਚ ਭਗੌੜਾ ਤੱਕrar ਦੇ ਦਿੱਤਾ ਗਿਆ ਜਿਹੜਾ ਵਿਦੇਸ਼ ਭੱਜ ਗਿਆ ਸੀ ਤੇ ਉੱਥੇ ਬਾਅਦ ਫਿਰ ਉਸਤੇ ਕਾਰਵਾਈ ਜਿਹੜੀ ਹੋਈ ਹੈ ਉਹ ਹੈ ਡਿਪਟੀ ਡਾਇਰੈਕਟਰ ਜਿਹੜਾ ਕੀ ਭੱਜ ਗਿਆ ਵਿਦੇਸ਼ ਸਾਬਕਾ ਡਿਪਟੀ ਡਾਇਰੈਕਟਰ ਇਸੇ ਵਿਭਾਗਮੇ ਦਾ ਰਕੇਸ਼ ਸਿੰਘਲਾ ਉਸ ਤੇ ਹੁਣ ED ਦਾ ਸ਼ਿਕੰਜਾ ਚੱਲਣ ਲੱਗਿਆ ਕਿਉਂਕਿ ਜਦੋਂ ਕਾਗਜ਼ਾਂ ਦੀ ਪੜਤਾਲ ਕੀਤੀ ਗਈ ਤੇ ਉਸ ਦੇ ਵਿੱਚ ਅਹਿਮ ਦਸਤਾਵੇਜ਼ ਹਾਸਲ ਹੋਏ ਨੇ ED ਨੇ ਪਿਛਲੇ ਦਿਨੀ ਭਾਰਤ ਪੂਸ਼ਣ ਆਸ਼ੂ ਤੇ ਹੋਰ ਜਿਹੜੇ ਸਬੰਧਤ ਅਧਿਕਾਰੀ ਸੀ ਉਹਨਾਂ ਦੇ ਘਰਾਂ ਤੇ ਰੇਡ ਮਾਰੀ ਸੀ ਜਿਹੜੇ ਕੀ ਫੂਡ ਤੇ ਸਪਲਾਈ ਵਿਭਾਗਮੇ ਨਾਲ ਮਿਲ ਜਿਹੜੇ ਨਹੀਂ ਕੰਮ ਕਰਦੇ ਰਹੇ ਨੇ ਔਰ ਰੇਡ ਵਜਦੀ ਉੱਥੋਂ ਅਹਿਮ ਦਸਤਾਵੇਜ਼ ਮਿਲਦੇ ਨਹੀਂ ਔਰ ਰਕੇਸ਼ ਸਿੰਘਲਾ ਦੇ ਜਿਹੜੇ ਦਸਤਾਵੇਜ਼ ਖੰਡਾਲੇ ਗਏ ਈਡੀ ਦੇ ਵੱਲੋਂ ਉਸ ਵਿੱਚ ਇਹ ਪਾਇਆ ਗਿਆ ਕਿ ਇਸ ਦੇ ਖਰਚੇ ਬਹੁਤ ਜ਼ਿਆਦਾ ਨੇ ਪਰ ਆਮਦਨ ਘੱਟ ਹੈ ਆਮਦਨ ਕਿੰਨੀ ਹੈ ਖਰਚੇ ਕਿੰਨੇ ਨੇ ਤਕਰੀਬਨ 70% ਦੀ ਆਮਦਨ ਤੋਂ ਵੱਧ ਖਰਚਾ ਕਰ ਗਿਆ ਯਾਨੀ ਕਿ ਕਹਿਣ ਦਾ ਭਾਵ ਕੋਈ ਨਾ ਕੋਈ ਪੈਸਾ ਦੋ ਨੰਬਰ ਚ ਐਸਾ ਬਣਾ ਲਿਆ ਜਿਸ ਦੇ ਕਰਕੇ ਉਸ ਦੀ ਆਮਦਨ ਘੱਟ ਸੀ ਪਰ ਖਰਚੇ ਵੱਧ ਸੀ ਤਾਂ ਹੁਣ ਉਹ ਪਗੋੜਾ ਘਰਾ ਰਿਹਾ ਹੈ ਤਾ ਇਸ ਮਸਲੇ ਦੇ ਵਿੱਚ ਉਸ ਨੂੰ ਇੰਟਰਪੋਲ ਦੇ ਜ਼ਰੀਏ ਭਾਰਤ ਸਰਕਾਰ ਦੀ ਮਦਦ ਦੇ ਨਾਲ ਪੰਜਾਬ ਲਿਆਂਦਾ ਜਾ ਸਕਦਾ ਹੈ ਉਹ ਕਿਉਂ ਭੱਜ ਗਿਆ ਸੀ ਕਦੋਂ ਭੱਜ ਗਿਆ ਸੀ ਕਿਉਂਕਿ ਉਸ ਨੂੰ ਸ਼ੱਕ ਸੀ ਕਿ ਜੇਕਰ ਸ਼ੰਕੇ ਪੈਦਾ ਹੋ ਗਏ ਸੀ ਜਾਂ ਸੂਹ ਮਿਲ ਗਈ ਸੀ ਕਿ ਹੁਣ ਕਾਰਵਾਈ ਹੋਣੀ ਹੈ ਹੁਣ ਨਾ ਤਾਂ ਵਿਜੀਲੈਂਸ ਦੀ ਕਾਰਵਾਈ ਤੋਂ ਬਚਿਆ ਜਾ ਸਕਦਾ ਤੇ ਨਾ ਆਈਡੀ ਦੀ ਕਾਰਵਾਈ ਤੋਂ ਲੁਧਿਆਣਾ ਦੇ ਵਿੱਚ ਟਰਾਂਸਪੋਰਟ ਟੈਂਡਰ ਘਟਾਲੇ ਨੂੰ ਲੈ ਕੇ ਈਡੀ ਨੇ ਐਕਸ਼ਨ ਲਿਆ ਤੇ ਭਗੋੜਾ ਜਿਹੜਾ ਡਿਪਟੀ ਡਾਇਰੈਕਟਰ ਹੈ ਆਰ ਕੇ ਸਿੰਘਲਾ ਇੰਟਰਪੋਲ ਦੀ ਮਦਦ ਨਾਲ ਹੁਣ ਭਾਰਤ ਲਿਆਂਦਾ ਜਾਵੇਗਾ ਸਰਚ ਪਰੇਸ਼ਟਨ ਦੇ ਦੌਰਾਨ ਅਹਿਮ ਦਸਤਾਵੇਜ਼ ਮਿਲਦੇ ਨੇ ਜਿਸ ਦੇ ਵਿੱਚੋਂ ਪਾਇਆ ਗਿਆ ਹੁਣ ਉਹ ਕਸੂਰਵਾਰ ਕਿਵੇਂ ਆਂ ਦਰਅਸਲ ਇਸ ਟੈਂਡਰ ਘਟਾਲੇ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਮਿਲੇ ਹੋਏ ਸੀ ਮਿਲੀਭੁਗਤ ਦੇ ਨਾਲ ਇੱਕ ਅਥੀ ਜਿਹੜਾ ਘਟਾਲਾ ਹੁੰਦਾ ਰਿਹਾ ਡਿਪਾਰਟਮੈਂਟ ਦੇ ਅੰਦਰ ਹੀ ਸਾਬਕਾ ਡਿਪਟੀ ਡਾਇਰੈਕਟਰ ਰਕੇਸ਼ ਕੁਮਾਰ ਸਿੰਘਲਾ ਤੇ ਈਡੀ ਨੇ ਸ਼ਿਕੰਜਾ ਕੱਸ ਲਿਆ ਹੈ ਤੇ ਇਹ ਵੀ ਪਤਾ ਲੱਗਾ ਕਿ ਜਲਦੀ ਹੀ ਈਡੀ ਆ ਜਿਹੜੀ ਇੰਟਰਪੋਲ ਦੀ ਮਦਦ ਦੇ ਨਾਲ ਭਾਰਤ ਲੈ ਕੇ ਆਵੇਗੀ ਉਸ ਨੂੰ ਤਿਆਰੀ ਦੇ ਵਿੱਚ ਹੈ ਅੱਜ ਕੱਲ੍ਹ ਉਹ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ ਡਿਪਟੀ ਡਾਇਰੈਕਟਰ ਆਰ ਕੇ ਸਿੰਗਲਾ ਸਿੰਗਲਾ ਤੇ ਸਟੇਟ ਵਿਜੀਲੈਂਸ ਨੇ ਹੁਣ ਤੱਕ ਇਹ ਜਿਹੜਾ ਇਨਫੋਰਸਮੈਂਟ ਈਡੀ ਨੇ ਜਿਹੜੀ ਐ ਸਖਤੀ ਸ਼ੁਰੂ ਕਰ ਦਿੱਤੀ ਹੈ ਵਿਜੀਲੈਂਸ ਨੇ ਪਹਿਲਾਂ ਇਸ ਮਸਲੇ ਦੇ ਵਿੱਚ ਜਾਂਚ ਪੜਤਾਲ ਕੀਤੀ ਫਿਰ ਈਡੀ ਨੇ ਇਸ ਤੇ ਕਾਗਜ਼ ਪੱਤਰ ਲਏ ਸਨ ਕਿ ਪਤਾ ਤਾਂ ਕਰੀਏ ਪੜਤਾਲ ਤਾਂ ਕਰੀਏ ਕੌਣ ਕਿੰਨਾ ਕਸੂਰਵਾਰ ਹੈ ਕਿਸ ਨੇ ਕਿੰਨੀ ਜਾਇਦਾਦ ਬਣਾਈ ਤਾਂ ED ਨੇ ਸਰਚ ਆਪਰੇਸ਼ਨ ਦੌਰਾਨ RK ਸਿੰਗਲਾ ਦੇ ਰਾਜਗੁਰੂ ਦੇ ਵਿੱਚ 164 A ਕੋਠੀ ਦੇ ਵਿੱਚ ਜਿਹੜਾ ਰਿਕਾਰਡ ਜਦੋਂ ਖੰਘਾਲਿਆ ਤਾਂ ਇਸ ਰਿਕਾਰਡ ਖੰਘਾਲਣ ਦੇ ਦੌਰਾਨ ਪਤਾ ਲੱਗਿਆ ਅਹਿਮ ਦੀਸ ਦਸਤਾਵੇਜ਼ ਨੇ ED ਨੂੰ ਬਰਾਮਦ ਹੋਏ ਜਿਸ ਦੀ ਮਦਦ ਦੇ ਨਾਲ ਉਹਨਾਂ ਨੇ ਹੁਣ ਜਿਹੜੀ ਕਾਰਵਾਈ ਅਗਲੇਰੀ ਸ਼ੁਰੂ ਕਰ ਦਿੱਤੀ ਹੈ ਲੰਮੇ ਸਮੇਂ ਤੋਂ ਬੰਦ ਪਈ ਸੀ ਸਿੰਗਲਾ ਦੀ ਕੋਠੀ ਲੰਮੇ ਸਮੇਂ ਤੋਂ ਇਹ ਕੋਠੀ ਬੰਦ ਪਈ ਦੇ ਵਿੱਚ ਜਦੋਂ ਕੋਈ ਵੀ ਮੌਜੂਦ ਨਹੀਂ ਸੀ ਇਸ ਲਈ ਲੋਕ ਹੈ ਜਿਹੜਾ ਕੋਠੀ ਦਾ ਖੋਲਣ ਦੇ ਲਈ ਪਹਿਲਾ ਸਾਬਕਾ ਜਿਹੜਾ ਉਸ ਇਲਾਕੇ ਦੇ ਕਾਉਂਸਲਰ ਤੇ ਪਤੀ ਸੁਨੀਲ ਕੁਪਾ ਕਪੂਰ ਨੇ ਤੇ ਸਰਾਭਾ ਨਗਰ ਥਾਣੇ ਦੇ ਵਿੱਚ ਇੱਕ ਐਸਆਈ ਤੋਂ ਮੌਕੇ ਦੇ ਉੱਤੇ ਬੁਲਾਇਆ ਗਿਆ ਉਸ ਮਸਲੇ ਦੇ ਵਿੱਚ ਜਦੋਂ ਮੋਤਵਾਰ ਸੱਜਣਾ ਨੂੰ ਤੇ ਇਲਾਕੇ ਦੇ ਥਾਣੇਦਾਰ ਨੂੰ ਬੁਲਾਇਆ ਗਿਆ ਤੇ ਉਸ ਤੋਂ ਬਾਅਦ ਰਿਕਾਰਡ ਜਿਹੜਾ ਚੈੱਕ ਵੀ ਕੀਤਾ ਜਾਂਦਾ ਸਿੰਗਲਾ ਨੇ ਜਿਹੜਾ ਹੁਣ ਆਮਦਨ ਤੇ ਖਰਚ ਦੀ ਗੱਲ ਕਰੀਏ 1 April 2011 ਤੋਂ 31 July 2022 ਤੱਕ 2 ਕਰੋੜ 59 ਲੱਖ 68952 ਰੁਪਏ ਦੀ ਜਿਹੜੀ ਆਮਦਨ ਸ਼ੋਕ ਕੀਤੀ ਗਈ ਹੈ ਕਾਗਜ਼ਾਂ 'ਚ ਤੇ ਰਕੇਸ਼ ਸਿੰਘਲਾ ਨੇ ਕੁੱਲ ਖਰਚ ਜਿਹੜਾ ਕਰ ਦਿੱਤਾ ਉਹ ਕਰ ਦਿੱਤਾ 4 ਕਰੋੜ 43 ਲੱਖ 87182 ਰੁਪਏ ਦਾ ਪਿਛਲੇ 10 ਸਾਲਾਂ 'ਚ 1 April 2011 ਤੋਂ 31 July 2022 ਤੱਕ ਤਾਂ ਇਸ ਮਸਲੇ ਦੇ ਵਿੱਚ ਫਿਰ ਇਹ ਪਤਾ ਲੱਗਿਆ ਕਿ ਜਿਹੜੇ ਆਮਦਨ ਦੇ ਜਾਣੂ ਸਰੋਤ ਨੇ ਉਸ ਤੋਂ 70% ਦੀ ਵੱਧ ਖਰਚ ਹੋ ਗਿਆ 1 ਕਰੋੜ 84 ਲੱਖ 18 ਹਜ਼ਾਰ 230 ਰੁਪਏ ਖਰਚ ਹੋ ਗਿਆ ਬੈਂਕ ਖਾਤੇ ਨੇ ਜਿਹੜੇ ਉਹ ਸੀਲ ਕਰ ਦਿੱਤੇ ਗਏ ਸੀ ਈਡੀ ਦੇ ਐਡੀਸ਼ਨਲ ਡਾਇਰੈਕਟਰ ਸ਼ੁਭਮ ਅਗਰਵਾਲ ਦੀ ਅਗਵਾਈ ਦੇ ਵਿੱਚ ਇਸ ਪੂਰੀ ਸਰਚ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਡੁਪਲੀਕੇਟ ਚਾਬੀ ਤਿਆਰ ਕਰਵਾ ਕੇ ਇਸ ਕੋਠੀ ਦੇ ਵਿੱਚ ਸਰਚ ਬਿਆਨ ਨੂੰ ਪੂਰਾ ਕੀਤਾ ਗਿਆ ਮਨੀ ਲਾਂਡਰਿੰਗ ਐਕਟ 2002 ਦੇ ਤਹਿਤ ਕੀਤੀ ਗਈ ਇਸ ਕਾਰਵਾਈ ਦੇ ਦੌਰਾਨ ਟੀਮ ਨੇ ਕੋਠੀ ਦੇ ਵਿੱਚੋਂ ਮਿਲੇ ਦਸਤਾਵੇਜ਼ ਦੇ ਆਧਾਰ ਤੇ ਸਿੰਘਲਾ ਦੀ ਪਤਨੀ ਦੋ ਬੇਟਿਆਂ ਦੇ ਪੰਜ ਬੈਂਕ ਅਕਾਊਂਟ ਤੇ ਇੱਕ ਪੀਐਨਬੀ ਬ੍ਰਾਂਚ ਦਾ ਸਥਿਤ ਜਿਹੜਾ ਬੈਂਕ ਲੋਕਰ ਸੀਜ਼ ਕਰ ਦਿੱਤਾ ਸੀਜ਼ ਕੀਤੇ ਗਏ ਬੈਂਕ ਖਾਤਿਆਂ ਦੇ ਵਿੱਚ ਚਾਰ ਖਾਤੇ ਐਚਡੀਐਫਸੀ ਬ੍ਰਾਂਚ ਤੇ ਇੱਕ ਖਾਤਾ ਬੈਂਕ ਆਫ ਇੰਡੀਆ ਨਾਲ ਸੰਬੰਧਿਤ ਹੈ ਇਸ ਤੋਂ ਇਹ ਵੀ ਪਤਾ ਲੱਗਾਇਆ ਇੱਕ ਅਨੁਮਾਨ ਲੱਗਿਆ ਕਿ ਸਿੰਘਲਾ ਨੇ ਕਾਲਾ ਧਨ ਜਿਹੜਾ ਕਾਲਾ ਪੈਸਾ ਇਕੱਠਾ ਕੀਤਾ ਇਹ ਸੇ ਬੈਂਕ ਲੋਕਰ ਦੇ ਵਿੱਚ ਲੁਕੋਇਆ ਹੋਵੇਗਾ ਐਸ ਦੇ ਚਲਦੇ ਆਈ ਈਡੀ ਦੇ ਹੁਣ ਇੰਟਰਪੋਲ ਦੇ ਸੰਪਰਕ ਦੇ ਵਿੱਚ ਜਿਹੜਾ ਕਰਨਾ ਸ਼ੁਰੂ ਕਰ ਦਿੱਤਾ ਕਿ ਕੈਨੇਡਾ ਦੇ ਵਿੱਚ ਰਹਿ ਰਿਹਾ ਜਿਹੜਾ ਸਿੰਗਲਾ ਹੈ ਜਿਸ ਨੇ ਬਹੁਤ ਸਾਰੇ ਕੁਝ ਹਜਮ ਕਰ ਲਿਆ ਪਰ ਇਥੋਂ ਭਾਰਤ ਛੱਡ ਕੇ ਭੱਜ ਗਿਆ ਤੇ ਇਸੇ ਕਰਕੇ ਅਦਾਲਤ ਨੇ ਪਗੋੜਾ ਵੀ ਕਰਾਰ ਦੇ ਦਿੱਤਾ ਸੀ ਵਿਜੀਲੈਂਸ ਨੇ ਜਿਹੜਾ ਚਾਰ ਪ੍ਰਾਪਰਟੀਆਂ ਨੇ ਜਿਹੜੀਆਂ ਜ਼ਬਤ ਕੀਤੀਆਂ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਵਿਜੀਲੈਂਸ ਬਿਊਰੋ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਸਿੰਗਲਾ ਦੀ ਚਾਰ ਪ੍ਰਾਪਰਟੀਆਂ ਨੇ ਜਿਹੜੀਆਂ ਉਹ ਕਾਰਵਾਈ ਦੇ ਅਧੀਨ ਕਰ ਦਿੱਤੀਆਂ ਗਈਆਂ ਸੀ ਇਸ ਪ੍ਰਾਪਰਟੀ ਦੇ ਵਿੱਚ ਨੋਟਿਸ ਚਪਕਾ ਦਿੱਤੇ ਗਏ ਨੇ ਇਹ ਵੀ ਦੱਸਿਆ ਜਾ ਰਿਹਾ ਕਿ ਹੁਣ ਸਿੰਗਲਾ ਦੀ ਜਿਹੜੀ 8 ਨਵੀਆਂ ਪ੍ਰਾਪਰਟੀਆਂ ਦਾ ਪਤਾ ਵਿਜੀਲੈਂਸ ਨੂੰ ਲੱਗਿਆ ਹੈ ਕਿ ਇਹ ਵੀ ਇਸ ਦੀ ਵੀ ਆਈਡੈਂਟੀਫਿਕੇਸ਼ਨ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਵਿਜੀਲੈਂਸ ਨੇ ਕਾਰਵਾਈ ਲੁਧਿਆਣਾ ਕੋਰਟ ਦੇ ਸਪੈਸ਼ਲ ਜੱਜ ਡਾਕਟਰ ਅਜੀਤ ਅਤਰੀ ਦੇ 8 ਅਗਸਤ 2023 ਦੇ ਜਾਰੀ ਆਰਡਰ ਦੇ ਤਹਿਤ ਕੀਤੀ ਸੀ ਰੈੱਡ ਕਾਰਨਰ ਨੋਟਿਸ ਵੀ ਇਸ ਦੇ ਖਿਲਾਫ ਜਾਰੀ ਹੋ ਚੁੱਕਾ ਹੈ ਪਿਛਲੇ ਸਾਲ ਪਿਛਲੇ ਜਦੋਂ ਸਰਕਾਰ ਦਾ ਤਰਨ ਸੀ ਜਿਹੜੀ ਕਾਂਗਰਸ ਸਰਕਾਰ ਸੀ ਉਸ ਦੇ ਨਿਗਨੇ ਸਿੰਘਲਾ ਲੁਧਿਆਣਾ ਦੇ ਕੈਨੇਡਾ ਦੇ ਵਿੱਚ ਭੱਜ ਗਿਆ ਸੀ ਲੁਧਿਆਣਾ ਦਾ ਰਹਿਣ ਵਾਲਾ ਸਿੰਘਲਾ ਕੈਨੇਡਾ ਭੱਜ ਗਿਆ ਤੇ ਕੈਨੇਡਾ ਪਹੁੰਚ ਕੇ ਉਸਨੇ ਪੀਆਰ ਲੈ ਲਈ ਵਿਜੀਲੈਂਸ ਦੇ ਤੋਂ ਪਤਾ ਲੱਗਿਆ ਐਫ ਆਈ ਆਰ ਦਰਜ ਹੁਣ ਤੋਂ ਬਾਅਦ ਸਿੰਘਲਾ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਤੱਕ ਜਾਰੀ ਹੋ ਚੁੱਕਾ ਸੀ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਕੀ ਹੈ ਉਹ ਭੱਜਿਆ ਹੋਇਆ ਤੇ ਵਿਜੀਲੈਂਸ ਦੇ ਵਿੱਚ ਇੰਟਰਪੋਲ ਦੇ ਜ਼ਰੀਏ ਉਸਨੂੰ ਗ੍ਰਿਫਤਾਰ ਕਰਕੇ ਲਿਖ ਵੀ ਚੁੱਕੀ ਹੈ ਤੇ ਹੁਣ ਜਲਦੀ ਹੀ ਉਸਨੂੰ ਲਿਆਂਦਾ ਜਾ ਸਕਦਾ ਹੁਣ ਈਡੀ ਤੇ ਵਿਜੀਲੈਂਸ ਦੀ ਕਾਰਵਾਈ ਕਿੰਨੀ ਸ਼ਰਧਾ ਦੀ ਬਣਦੀ ਹੈ ਡਿਪਟੀ ਡਾਇਰੈਕਟਰ आरके सिंगला ਦੇ ਖਿਲਾਫ ਤੇ ਹੁਣ ਸਿੰਗਲਾ ਨੂੰ 2 16 ਅਗਸਤ 2022 ਨੂੰ ਨਾਮਜ਼ਦ ਕੀਤਾ ਗਿਆ ਸੀ 3 ਦਸੰਬਰ 2022 ਨੂੰ ਉਸ ਨੂੰ ਪਗੋੜਾ ਕਰਾਰ ਦੇ ਦਿੱਤਾ ਗਿਆ ਸੀ ਇਸ ਮਸਲੇ ਦੇ ਵਿੱਚ ਭਾਰਤ ਪੂਸ਼ਣ ਆਸ਼ੂ ਜਿਹੜੇ ਸਾਬਕਾ ਕਾਂਗਸੀ ਮੰਤਰੀ ਨੇ ਉਹਨਾਂ ਦੇ ਘਰ ਵੀ ਜਿਹੜੀ ਆ ਈਡੀ ਰੇਡ ਕਰ ਚੁੱਕੀ ਹੈ ਹਾਲਾਂਕਿ ਉਹਨਾਂ ਦੀ ਪਤਨੀ ਨੇ ਕਿਹਾ ਕਿ ਇਹ ਰੇਡ ਨਹੀਂ ਹੈ ਇਹ ਸਰਚ ਆਪਰੇਸ਼ਨ ਹੈ ਤੇ ਇਹ ਸਰਚ ਆਪਰੇਸ਼ਨ ਦੇ ਦੌਰਾਨ ਜਿਹੜਾ ਦਸਤਾਵੇਜ਼ ਇਕੱਠੇ ਕੀਤੇ ਜਾ ਰਹੇ ਨੇ ਤੇ ਇਹ ਸਾਰੀਆਂ ਗੱਲਾਂ ਕੀਤੀਆਂ ਗਈਆਂ ਹੁਣ ਦੇਖਦੇ ਹਾਂ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ आर के सिंगला ਤੇ ਭਾਰਤ ਪੂਸ਼ਣ ਆਸ਼ੂ ਤੇ ਇਸ ਨਾਲ ਸੰਬੰਧਿਤ ਜਿੰਨੇ ਘਟਾਲੇ ਨਾਲ ਜੁੜੇ ਨਾਮ ਨੇ ਉਹਨਾਂ ਦੀਆਂ ਮੁਸ਼ਕਲਾਂ ਵਧਨ ਗਈਆਂ ਜਾਂ ਫਿਰ ਘਟਨ ਗਈਆਂ ਫਿਲਹਾਲ ਬਣੇ ਰਹੋ এবিসি ਪੰਜਾਬ ਦੇ ਨਾਲ